ਮਿੱਤਰੋ ਕਿਵੇਂ ਸਾਰੇ ਆਉਂਦੀ ਸਭ ਘੈਂਟ ਹੋਵੋਗੇ। ਵੈਲਕਮ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਦਿਵਰਾਜ ਵਲੋਗਸ 'ਤੇ। ਅਤੇ ਵਲੋਗ ਦੇ ਟਾਈਟਲ 'ਚ ਤੁਸੀਂ ਦੇਖ ਹੀ ਲਿਆ ਹੋਣਾ ਕਿ ਅੱਜ ਆਪਾਂ ਕੀ ਕਰਨਾ ਆ। ਅੱਜ ਆਪਣੇ ਨਾਲ ਹੈਗਾ ਇੱਕ ਤਹਿਰਵੀਰ, ਇੱਕ ਹੈਗਾ ਜੀ ਅਮਨ। ਚੈੱਕ ਕਰੋ ਗਾਇਜ਼, ਅੱਜ ਦੋ ਝੋਟੇ ਇੱਕ ਦੂਜੇ ਨਾਲ ਭਿੜਨਗੇ। ਨਹੀਂ ਨਹੀਂ ਮੁੰਡੇ ਕਹਿ ਰਹੇ ਆਪਾਂ ਨੂੰ ਡੋਜਨ ਪਾਉਣ ਲਈ, ਦੇਖਦੇ ਆਉਂਦਾ ਵੀ ਆ ਕੋਈ ਕਿ ਨਹੀਂ। ਆਪਾਂ ਨੂੰ ਇਕੱਲੇ ਸਟੰਟ ਮਾਰ ਕੇ ਜਾਣਾ ਪੈਣਾ। ਵੈਸੇ ਬਥੇਰੇ ਆਪਾਂ ਨੂੰ ਕਹਿੰਦੇ ਆ ਪਰ ਆਉਂਦਾ ਕੋਈ ਵੀ ਨਹੀਂ ਮੌਕੇ 'ਤੇ। ਅਤੇ ਬਾਕੀ ਚਲੋ ਦੇਖਦੇ ਹੁਣ ਕੀ ਬਣਦਾ ਆ। ਪਹਿਲਾਂ ਤੇਲ ਪਾ ਲਈਏ, ਦੋਨੋਂ ਝੋਟੇ ਭੁੱਖੇ ਆ। ਮੇਰੇ ਵਾਲਾ ਤਾਂ ਵੈਸੇ ਇਹਦੇ ਵਾਲੇ ਦੀ ਘੱਟ ਆ ਜੀ। ਗਾਇਜ਼ ਆਪਾਂ ਤਾਂ ਤੇਲ ਤੂਲ ਪਵਾਇਆ ਨਹੀਂ ਕਿਉਂਕਿ ਆਪਣੀ ਟੈਂਕੀ ਹੈਗੀ ਆ। ਚੈੱਕ ਕਰੋ ਗਾਇਜ਼ ਫੁੱਲ, ਅਤੇ ਉੱਧਰ ਅਮਨ ਲੱਗਾ ਆ ਤੇਲ ਪਾਉਣ। ਹਾਂ ਵੀ ਅਮਨ, ਇੱਥੇ ਯਾਰ ਪਿਸਟਲ ਕਿਉਂ ਉਤਾਰਤਾ? ਨਵਾਂ ਬਣਾਉਣਾ, ਖਰਾਬ ਹੋ ਗਿਆ? ਚਲੋ ਗਾਇਜ਼ ਬਾਕੀ ਆਪਣੇ ਵਾਲੇ ਝੋਟੇ ਦੀ ਆਵਾਜ਼ ਸੁਣੋ। ਵੀਡੀਓ ਬੜੀ ਸੋਹਣੀ ਬਣ ਰਹੀ ਅੱਜ, ਵਿਊ ਬੜਾ ਵਧੀਆ ਆ ਰਿਹਾ, ਧੁੱਪ ਧੁੱਪ ਵਧੀਆ। ਚਲੋ ਗਾਇਜ਼ ਚੱਲੀਏ, ਲੋਕ ਤੋਰ ਲਾ। ਕਿੱਧਰੋਂ ਜਾਣਾ ਹੋਇਆ ਅੱਗੇ ਅੱਗੇ ਲਾ, ਇੱਧਰੋਂ ਚੱਲਦੇ ਹਾਂ, ਇੱਧਰ ਹੀ ਚੱਲੀਏ ਉੱਧਰੋਂ। ਸੋ ਗਾਇਜ਼ ਆ ਚੈੱਕ ਕਰੋ, ਆਪਾਂ ਲੋਕੇਸ਼ਨ ਤੇ ਆ ਜੇ ਤੇ ਚੈੱਕ ਕਰ ਰਹੇ ਸੀਗੇ, ਟਾਇਰ ਗ੍ਰਿਪ ਜ਼ਿਆਦਾ ਹੀ ਕਰ ਰਹੇ ਆ, ਕੁਝ ਜ਼ਿਆਦਾ ਹੀ ਟਾਇਰ ਗ੍ਰਿਪ ਕਰ ਰਹੇ ਆ। ਆਹੋ ਉਹਦੀ ਵੀ ਕਾਫੀ ਜ਼ਿਆਦਾ ਗ੍ਰਿਪ ਆ, ਇਹ ਤਾਂ ਉੱਠ ਹੀ ਜਾਂਦਾ, ਇਹ ਤਾਂ ਘੁੰਮ ਹੀ ਰਿਹਾ, ਇਹਦੀ ਜ਼ਿਆਦਾ ਗ੍ਰਿਪ ਆ ਹਨਾ। ਹਾਂ ਸਹੀ ਗੱਲ ਆ, ਆਹ ਹੋਰ ਚੀਜ਼ ਆ ਜਮਨ ਨਵੀਂ ਪਈਆਂ ਨੇ ਹਲੇ ਹਨਾ, ਤਾਂ ਨੀ ਆ ਉਧਰ ਹੀ ਚੱਲਦਾ। ਓਏ ਹਵਾ ਜੀ ਬੰਦ ਹੋ ਗਿਆ, ਹਵਾ ਜੀ ਸਟਾਰਟ ਹੋ ਚੱਲਿਆ ਜੀ, ਪੁੱਠਾ ਸਟਾਰਟ ਹੋ ਜਾਣਗੇ ਇਹਨੇ ਪੁੱਠਾ। ਰਿਪੀਟ ਔਨ ਬਵੀਲੀ ਨਾ ਮਾਰੀ ਵੀਰੇ, ਆਪਾਂ ਨੂੰ ਮਾਰਨੀ ਨਹੀਂ ਹੁੰਦੀ, ਉਦੋਂ ਬਾਈਕ ਨਹੀਂ ਸਟਾਰਟ ਹੋ ਰਿਹਾ। ਆ ਜਾ ਆਜੋ ਬਾਈ ਆਜੋ, ਦਿੱਕਤ ਹੋ ਜੂਗੀ। ਦੇਵਰਾਜ ਪੋਟਲੀ ਚ ਰਸੇ ਲੈ ਕੇ ਸੀ ਦੋ, ਖਿੜਦੇ ਸਾਲ ਹੋ ਗਏ ਰਸੇ ਨੂੰ, ਲੱਤੇ ਪਤਾ ਨੀ ਕਿੰਨੀ ਵਾਰੀ ਖੁੱਲ ਗਏ। ਤੈਨੂੰ 100 ਵਾਰੀ ਗਿਆ ਸੰਗਲ ਸੁੰਗੜ ਬਣਵਾਲਾ ਬਣਵਾ ਲੈਣੇ ਡੀਲਕਸ ਦੀ ਰੇਲ ਬਣਾਉਂਗੇ ਅੱਜ, ਹਾਂ ਕਿਹੜਾ ਲੈ ਲਿਆ ਕਿਹੜਾ ਲੈ ਲਿਆ
ਬ੍ਰੇਕ ਮਾਰ ਕੇ ਨਾ ਯਾਰ, ਮੈਨੂੰ ਤਾਂ ਜਮਾ ਹਿਸਾਬ ਨਹੀਂ ਆਇਆ ਟੂਜਨ ਟੂਜਨ ਬਣਾ ਹੋਰ ਪਿੱਛੇ ਗੱਲ ਆ ਪਿੱਛੇ ਕਰ ਬਸ ਉਦਣ ਇਹਨੇ ਟੀਵੀਐਸ ਤੇ ਦਿਖਾਇਆ ਰਸਨ ਦਾ ਮੋਟਰਸਾਈਕਲ ਸੀਗਾ। ਚੱਲ ਹੁਣ ਠੀਕ ਆ ਬਰਾਬਰ ਜੀ, ਕਰ ਲੈ ਵੀ ਬੰਦੇ ਆਪਾਂ ਦੋ ਚਲੋ। ਚਲੋ
7 ਠੀਕ ਹੈ ਤੇ ਰਿਸਪੋਂਸ ਤੁਹਾਡੇ ਸਾਹਮਣੇ ਆ ਦੋਨੇ ਮੋਟਰਸਾਈਕਲ ਆਪਣੇ ਹੀ ਆ ਦੋਨਾਂ ਦੇ ਤੇ ਰਿਸਪੋਂਸ ਤੁਹਾਡੇ ਸਾਹਮਣੇ ਆ ਵਜਨ ਦੀ ਵੀ ਗੱਲ ਹੁੰਦੀ ਆ ਪਰ ਕੱਚੇ ਚ ਮੈਨੂੰ ਲੱਗਦਾ ਕੋਈ ਵਜਨ ਕੋਈ ਕੰਮ ਨਹੀਂ ਆਉਂਦਾ ਜਾਂ ਇੱਕ ਐਕਸਪੀਰੀਅੰਸ ਦੀ ਗੱਲ ਆ ਜਿਹੜਾ ਮੂਹਰੋਂ ਚੱਕ ਲੈਂਦਾ ਉਹ ਤੁਰ ਪੈਂਦਾ ਮੋਟਰਸਾਈਕਲ ਹੈ ਨਾ ਹਾਂ ਤੇ ਬਾਕੀ ਰਿਸਪੋਂਸ ਦੋਨਾਂ ਦਾ ਬਰਾਬਰ ਆ ਚੈੱਕ ਕਰੋ ਕੀ ਇਹਦੇ ਹਾਲਤ ਬਣੀ ਆ ਹਾਂ ਚੈੱਕ ਕਰੋ ਕੀ ਹਾਲਤ ਬਣੀ ਇੱਧਰ ਆਹ ਚੈੱਕ ਕਰੋ ਪਿੱਛੇ ਦੀ ਪਿੱਠ ਦਿਖਾਓ ਹੋਰ ਕਰ ਲਈ ਹੁਣ ਤੈਨੂੰ ਜਿਵੇਂ ਜੰਗ ਜਿੱਤ ਕੇ ਆਇਆ ਹੋਵੇ ਅੱਤ ਕਰਾਤੀ ਅੱਜ ਆਹ ਦੇ ਟੋਏ ਦੇਖੋ ਕਿੱਡੇ ਕਿੱਡੇ ਕਰਤੇ ਸੜਕਾਂ ਨੀ ਇਹ ਕੀ ਕਹਿ ਸਕਦੇ ਇਹਨੂੰ ਇੱਥੇ ਕਹਿ ਤਾਂ ਕੋਈ ਰਹਿੰਦਾ ਨੀ ਦੇਖ ਲਓ ਚਾਰੋਂ ਓਰ ਸੰਨਾਟਾ ਇੱਕ ਅੰਕਲ ਜਿਹਾ ਦੇਖ ਰਿਹਾ ਤੇ ਬਾਕੀ ਕਹਿ ਤੁਹਾਨੂੰ ਥੋੜ੍ਹੇ ਜਿਹੇ ਸਟੰਟ ਵੀ ਕਰਕੇ ਦਿਖਾ ਦਾਂਗੇ ਹਜੇ ਬਾਈਕ ਸਟਾਰਟ ਰਹਿਣ ਤੋਂ ਨਹੀਂ ਕਲੱਚ ਡਾਊਨ ਹੋ ਜਾਂਦਾ ਹੁੰਦਾ ਤੂੰ ਆ ਦੇਖੋ ਮੇਰੇ ਵਾਲਾ ਕੱਢ ਰਿਹਾ ਉਹ ਸਟਾਰਟ ਹੀ ਹਜੇ ਤੱਕ ਬਸ ਠੀਕ ਆ ਹਾਂ ਰੱਸਾ ਇਕੱਠਾ ਕਰ ਲਾ ਮੈਨੂੰ ਮਾੜਾ ਹਰਵੀਰ